ਮੈਂ ਭਾਅ ਜੀ 6 ਜੂਨ ਨੂੰ ਇੱਥੋਂ ਗਿਆ ਸੀ ਅਜ਼ਰਬਾਈਜਾਨ, ਠੀਕ ਹੈ ਜੀ, 2023 'ਚ, ਅਤੇ ਮੈਂ ਉੱਥੇ ਰਿਹਾ 27 ਦਿਨ ਅਜ਼ਰਬਾਈਜਾਨ। ਉੱਥੋਂ ਬਾਅਦ ਮੈਂ ਗਿਆ ਵਾਂ 29 ਜੂਨ ਨੂੰ ਮੋਰਾਕੋ ਪਹੁੰਚਿਆ ਵਾਂ, ਅਤੇ ਮੋਰਾਕੋ ਤੋਂ ਬਾਅਦ ਉੱਥੇ ਏਜੰਟ ਨੇ ਮੈਨੂੰ ਦੇਤਾ ਧੋਖਾ ਜੀ, ਅਤੇ ਉਸ ਤੋਂ ਬਾਅਦ ਮੈਂ ਉੱਥੇ 8 ਮਹੀਨੇ ਰਿਹਾ ਭਾਅ ਜੀ। 8 ਮਹੀਨਿਆਂ ਬਾਅਦ ਨਾ ਏਜੰਟ ਨੇ ਲਾਰੇ ਲਾਈ ਗਿਆ ਕਿ ਅੱਜ ਭੇਜਦਾ ਕੱਲ੍ਹ ਭੇਜਦਾ, ਅਤੇ ਉਸ ਤੋਂ ਬਾਅਦ ਨਾ ਕੋਈ ਮੈਨੂੰ ਖਰਚਾ ਮਗਰ ਪਾਇਆ, ਅਤੇ ਉਹ ਮੇਰੇ ਘਰਦਿਆਂ ਨੇ ਮੈਨੂੰ ਮਗਰ ਪੈਸੇ ਭੇਜੇ ਆ, ਠੀਕ ਹੈ ਜੀ, ਰੋਟੀ ਪਾਣੀ ਲਈ ਵੀ। ਅਤੇ ਬਾਅਦ 'ਚ ਉੱਥੋਂ ਕੋਈ ਨਾ ਹੀਲਾ ਨਿਕਲਦਾ ਸੀ, ਨਾ ਉਹ ਸਾਨੂੰ ਵਾਪਸ ਭੇਜਦੇ ਸੀ ਵਾਪਸ ਇੰਡੀਆ, ਅਤੇ ਇਸ ਕਰਕੇ ਅਸੀਂ ਬਾਬਾ ਜੀ ਨੂੰ ਕਿਹਾ ਸੀ, ਬਾਬਾ ਜੀ ਉਹਨਾਂ ਨੇ ਸਾਨੂੰ ਇੱਧਰੋਂ ਮੇਲ ਪਾਈ ਅੰਬੈਸੀ ਨੂੰ, ਤਾਂ ਅੰਬੈਸੀ ਨੇ ਸਾਨੂੰ ਇੱਧਰ ਵਾਪਸ ਬਾਅਦ 'ਚ ਭੇਜਿਆ। ਤੁਸੀਂ ਜਾਣਾ ਕਿੱਥੇ ਸੀ ਉਹ ਦੱਸੋ। ਜਾਣਾ ਭਾਅ ਜੀ ਸਪੇਨ ਜਾਣਾ ਸੀ ਅਸੀਂ, ਅਤੇ ਸਪੇਨ ਦੀ ਗੱਲ ਹੋਈ ਸੀ ਏਜੰਟ ਨਾਲ, ਤਾਂ ਇਹਨੇ ਮੈਨੂੰ ਕਿਹਾ ਸੀ ਤੁਹਾਨੂੰ ਡਾਇਰੈਕਟ ਵੀਜ਼ਾ ਲਗਵਾ ਕੇ ਦੇਵਾਂਗੇ ਅਸੀਂ, ਵੀ ਬਾਈ ਏਅਰ ਹੀ ਭੇਜਾਂਗੇ ਉੱਥੋਂ ਮੋਰਾਕੋ ਤੋਂ ਵੀ, ਪਰ ਸਾਨੂੰ ਇਹਨੇ ਮੌਕੇ 'ਤੇ ਆ ਕੇ ਬਾਅਦ 'ਚ ਮੁੱਕਰ ਗਿਆ, ਕਹਿੰਦਾ ਵੀ ਨਹੀਂ ਇੱਥੋਂ ਡੌਂਕੀ ਲੱਗਣੀ ਆ, ਨਾ ਬਾਅਦ 'ਚ ਡੌਂਕੀ ਲਵਾਈ ਨਾ ਸਾਨੂੰ ਬਾਈ ਏਅਰ ਭੇਜਿਆ। ਕਿੰਨੇ ਕੁ ਮੁੰਡੇ ਉੱਥੇ ਜਿਹੜੇ ਆਪਾਂ ਕਹਿ ਸਕਦੇ ਹੋ ਸਕਦੇ ਮੁੰਡੇ ਵਾਰੀ ਉੱਥੇ ਫਿਲਹਾਲ ਤਾਂ ਹੁਣ ਤਾਂ ਥੋੜ੍ਹੇ ਰਹਿ ਗਏ ਹੋਣੇ ਆ, ਪਰ ਪਹਿਲਾਂ ਜਦੋਂ ਅਸੀਂ ਸੀ ਉਦੋਂ 550-550 ਮੁੰਡਾ ਹੈ ਸੀ ਮੋਰਾਕੋ ਦੇ ਵਿੱਚ। ਕਿੰਨੇ ਰੁਪਏ ਦੀ ਗੱਲ ਹੋਈ ਸੀ ਤੁਹਾਡੀ ਗੱਲ? ਭਾਅ ਜੀ ਹੋਈ ਸੀ ਸਾਡੀ 12 ਲੱਖ 'ਚ ਇਹਨਾਂ, ਹਾਂਜੀ ਇਹਨੂੰ 12 ਲੱਖ ਰੁਪਏ ਅਸੀਂ ਨਗਦ ਦਿੱਤਾ ਗਿਆ ਸੀ ਜੀ। ਅਰਸ਼ਦੀਪ, ਜਿੱਦਾਂ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਕਿ ਉੱਥੇ ਇੱਥੋਂ ਪੈਸੇ ਜਾਂਦੇ ਸੀ ਤੁਹਾਡੇ, ਉੱਥੇ ਪੁਲਿਸ ਵੀ ਨਹੀਂ ਤੁਹਾਨੂੰ ਫੜਦੀ ਕਿ ਭਾਈ ਕਿ ਵਾਪਸ ਭੇਜ ਦਈਏ ਜਾਂ? ਹਾਂਜੀ ਹਾਂਜੀ, ਉਹ ਵਾਰੀ ਅਸੀਂ ਘਰ ਤੋਂ ਜਿੱਦਾਂ ਵਾਪਸ ਉੱਥੇ ਜਾਂਦੇ ਸੀ, ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਡੀ ਮੇਲ ਪਾਓ ਅਸੀਂ ਇੰਡੀਆ ਵਾਪਸ ਜਾਣਾ, ਅਤੇ ਨਾ ਉਹ ਸਾਡੀ ਮੇਲ ਪਾਉਂਦੇ ਸੀ, ਉਹ ਸਾਨੂੰ ਕਹਿੰਦੇ ਸੀ ਵੀ ਘਰੋਂ ਪੈਸੇ ਮੰਗਾਓ ਅਤੇ ਇੱਥੇ ਰਹੀ ਚੱਲੋ, ਵੀ ਤੁਹਾਨੂੰ ਅਸੀਂ ਵਾਪਸ ਨਹੀਂ ਭੇਜ ਸਕਦੇ, ਤਾਂ ਤਾਂ ਕਰਕੇ ਜੀ ਵੀ ਅਸੀਂ ਬਾਬਾ ਜੀ ਨੂੰ ਕਿਹਾ ਸੀ, ਬਾਬਾ ਜੀ ਉਹਨਾਂ ਨੇ ਸਾਡੀ ਮੇਲ ਪਾਈ ਤਾਂ ਅਸੀਂ ਵਾਪਸ ਆਏ। ਘਰੋਂ ਕਿੰਨੇ ਕੁ ਪੈਸੇ ਗਏ ਫਿਰ? ਘਰੋਂ ਭਾਅ ਜੀ 5-6 ਲੱਖ ਰੁਪਈਆ ਪਾਇਆ ਘਰਦੇ ਨੇ ਮਗਰੋਂ, ਅਤੇ ਖਰਚਾ ਮੈਨੂੰ ਰੋਟੀ ਪਾਣੀ ਦਾ। ਅਤੇ ਵਾਪਸ ਬਾਬਾ ਸੀਚਲ ਨਾਲ ਕਿੱਦਾਂ ਸੰਪਰਕ ਹੋਇਆ? ਬਾਬਾ ਜੀ ਨਾਲ ਨੈਟਵਰਕ ਤੋਂ ਹੋਇਆ ਭਾਅ ਜੀ, ਫੇਸਬੁੱਕ ਤੋਂ ਬਾਬਾ ਜੀ ਦਾ ਨੰਬਰ ਕੱਢ ਕੇ ਫਿਰ ਅਸੀਂ ਕਾਲ ਕੀਤੀ ਸੀ, ਅਸੀਂ 10 ਮੁੰਡੇ ਸੀਗੇ, ਅਤੇ ਅਸੀਂ ਗੱਲ ਕਰਕੇ ਬਾਬਾ ਜੀ ਨੂੰ ਕਿਹਾ ਸੀ, ਹੁਣ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਇੱਥੇ ਵਾਪਸ ਆਏ। ਹੁਣ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਅਜੇ ਵੀ ਬਹੁਤ ਸਾਰੇ ਲੋਕ ਜਿਹੜੇ ਵਿਦੇਸ਼ ਜਾਣ ਦੀ ਚਾਹਣਾ ਰੱਖਦੇ ਆ। ਸੁਨੇਹਾ ਭਾਅ ਜੀ ਇਹੀ ਆ ਵੀ ਜੇ ਕਿਸੇ ਨੇ ਜਾਣਾ ਵਾ ਤਾਂ ਆਪਣਾ ਡਾਇਰੈਕਟ ਜਾਓ, ਵਰਕ ਪਰਮਿਟ ਇੱਥੇ ਲਓ ਆਪਦਾ, ਦੁਪਹਿਰੇ ਜਾਓ 1 ਨੰਬਰ 'ਚ। ਜੇ ਕੋਈ ਏਜੰਟ ਤੁਹਾਨੂੰ ਕਹਿੰਦਾ ਵਾ ਕਿ ਰਾਸਤੇ 'ਚ ਉੱਥੋਂ ਡਾਇਰੈਕਟ ਫਲੈਟ ਹੋ ਜੂਗੀ, ਇੱਦਾਂ ਹੋ ਜੂਗਾ ਵੀ ਇੱਦਾਂ ਨਾ ਜਾਓ। ਅਤੇ ਜਿਹੜੇ ਏਜੰਟ ਨੇ ਤੁਹਾਡੇ ਨਾਲ ਠੱਗੀ ਕੀਤੀ ਆ ਉਸ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋ? ਹਾਂਜੀ ਭਾਅ ਜੀ। ਕਿੱਥੋਂ ਦਾ ਏਜੰਟ ਸੀ ਉਹ? ਏਜੰਟ ਭਾਅ ਜੀ ਪੰਮਣਾ ਦਾ ਜੀ। ਕੀ ਨਾਮ ਆ? ਉਹਨਾਂ ਦਾ ਗੋਰਾ ਭਾਅ ਜੀ। ਮੈਂ ਭਾਅ ਜੀ ਨਿਰਮਲ ਸਿੰਘ ਪਿੰਡ ਮਰੀਦਾਲ ਤੋਂ ਬੋਲ ਰਿਹਾ ਵਾਂ। ਮੈਂ ਮੁੰਡਾ ਸਪੇਨ ਭੇਜਣ ਦੀ ਥਾਂ ਦੇ ਏਜੰਟ ਨੂੰ 12-13 ਲੱਖ ਰੁਪਈਆ ਦੇ ਚੁੱਕਾ, ਪਰ ਉਹਨੇ ਮੋਰਾਕੋ ਦੇ ਵਿੱਚ ਹੀ ਮੁੰਡਾ ਭਾਈ ਰੱਖਿਆ। ਅਸੀਂ ਬਾਬਾ ਜੀ ਦੇ ਗਾੜੀ ਬੇਨਤੀ ਕੀਤੀ ਅਤੇ ਉਹਨਾਂ ਨੇ ਮੁੰਡੇ ਨੂੰ ਮੰਗਾਇਆ ਇੱਧਰ। ਅਸੀਂ ਹੁਣ ਬਾਬਾ ਜੀ ਹੁਣਾਂ ਕੋਲ ਬੈਠੇ ਹਾਂ, ਉਹਨਾਂ ਗਾੜੀ ਬੇਨਤੀ ਕੀਤੀ, ਬਾਬਾ ਜੀ ਨੇ ਮੁੰਡਾ ਮੰਗਾਇਆ ਇੱਧਰ ਸਾਡਾ, ਅਤੇ ਅਸੀਂ ਉਹਨਾਂ ਕੋਲ ਬੈਠੇ ਸੀਗੇ, ਅਤੇ ਹੁਣ ਅਸੀਂ ਕੰਪਲੇਂਟ ਲਿਖਾਉਣੀ ਆ, ਅਤੇ ਜੋ ਵੀ ਸਰਕਾਰ ਨੂੰ ਮਨਜ਼ੂਰ ਆ ਸਾਡੀ ਬੇਨਤੀ। ਮੇਰੇ ਘਰ ਦੇ ਵਿੱਚ ਮਿਸਤਰੀ ਹੁੰਦਿਆਂ ਵੀ ਬਾਵਜੂਦ ਮੇਰੇ ਘਰ ਦੇ ਵਿੱਚ ਕੋਈ ਬਾਥਰੂਮ ਨਹੀਂ, ਕੋਈ ਕੁਛ ਨਹੀਂ ਗਾ। 3 ਗੁੱਡੀਆਂ ਮੇਰੀਆਂ ਵਿਆਹੁਣ ਵਾਲੀਆਂ ਮੁੰਡੇ ਤੋਂ ਵੱਡੀਆਂ, ਜਿਨ੍ਹਾਂ ਦਾ ਹਜੇ ਤੱਕ ਮੈਂ ਕੋਈ ਸੋਚਿਆ ਹੀ ਨਹੀਂ ਉਹਨਾਂ ਦਾ। ਇਹਨੇ ਏਜੰਟ ਨੇ ਮੇਰੇ ਇੰਨੇ ਪੈਸੇ 20 ਲੱਖ ਦੇ ਕਰੀਬ ਮੇਰਾ ਏਜੰਟ ਪੈਸਾ ਹੀ ਖਾ ਗਿਆ ਹੈ। 13 ਲੱਖ ਰੁਪਏ ਦੇਣ ਵਾਸਤੇ ਜਾਂ ਬਾਕੀ ਪੈਸੇ ਆਏ ਕਿੱਥੋਂ ਤੁਹਾਡੇ ਕੋਲ? ਮੈਂ ਜੀ ਮੈਂ ਇੱਦਾਂ ਆਪਦੇ ਭਾਈਚਾਰੇ ਕੋਲੋਂ, ਭੈਣ ਭਰਾ ਕੋਲ, ਰਿਸ਼ਤੇਦਾਰਾਂ ਕੋਲ ਲੈ ਕੇ ਪੈਸੇ ਮੈਂ ਦਿੱਤੇ ਆ ਏਜੰਟ ਨੂੰ। ਫਿਰ ਮੁੰਡੇ ਨੂੰ ਵੀ 6-7-8 ਮਹੀਨੇ ਖਰਚਾ ਪਾਇਆ ਮੋਰਾਕੋ ਦੇ ਵਿੱਚ, ਹਫ਼ਤੇ ਦਾ 15-20 ਹਜ਼ਾਰ ਰੁਪਈਆ ਮੈਂ ਇੱਦਾਂ ਪਾਉਂਦਾ ਜੀ। ਅੱਛਾ, ਤੁਹਾਨੂੰ ਪਤਾ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤਾਂ ਫਿਰ ਤੁਸੀਂ ਐਡਾ ਰਿਸਕ ਕਿਉਂ ਲਿਆ?
ਭਾਅ ਜੀ ਰਿਸਕ ਇੱਦਾਂ ਨਾ ਸਾਡੇ ਰਿਸ਼ਤੇਦਾਰੀ 'ਚੋਂ ਇਹਦੇ ਕੋਈ ਮਾਮੇ ਦੇ ਪੋਤਿਆਂ 'ਚੋਂ ਮਾਸੀ ਦੇ ਪੋਤੇ ਉਹ ਵੀ ਗਏ ਹੋਏ, ਇਹਨੇ ਵੀ ਥੋੜ੍ਹੀ ਜਿਹੀ ਉਹਨਾਂ ਦੇ ਵਿੱਲ ਵੇਖ ਕੇ ਅਤੇ ਇਹਨੇ ਆਪਦੀ ਸੋਚ ਰੱਖੀ ਵੀ ਚਲੋ ਅਤੇ ਚਲੋ ਕੁਛ ਮੇਰੇ ਭੈਣ ਭਰਾ ਨਾਲ ਸੀਗੇ ਉਹਨਾਂ ਨੇ ਮੇਰਾ ਸਾਥ ਦਿੱਤਾ ਅਤੇ ਕੁਛ ਮੈਂ ਰਿਸ਼ਤੇਦਾਰਾਂ ਕੋਲ ਕੁਛ ਮੈਂ ਬੈਂਕ 'ਚੋਂ ਵਿਆਜੀ ਪੈਸੇ ਚੱਕ ਕੇ ਅਤੇ ਮੈਂ ਇਹਦਾ ਪੈਸੇ ਤਾਰੇ ਮੁੰਡੇ ਦੇ। ਹੁਣ ਕੀ ਮੰਗ ਕੀ ਕਰਨਾ ਚਾਹੁੰਦੇ ਹੋ ਅਖੀਰ ਦੇ ਵਿੱਚ? ਮੇਰੇ ਕੋਲ ਸਰਕਾਰ ਗਾੜੀ ਇਹੀ ਬੇਨਤੀ ਆ ਵੀ ਮੈਨੂੰ ਮੇਰਾ ਹੱਕ ਮਿਲ ਜੇ, ਜੋ ਜਿੰਨਾ ਮੈਂ ਪੈਸੇ ਦਿੱਤੇ ਮੈਨੂੰ ਪੈਸੇ ਮਿਲ ਜਾਣ, ਮੇਰੀ ਇਹੀ ਬੇਨਤੀ ਆ ਜੀ। ਉਸ ਫਰਜ਼ੀ ਏਜੰਟ ਦੇ ਚਾਂਸ 'ਚ ਕਿੱਦਾਂ ਆਏ ਤੁਸੀਂ? ਭਾਅ ਜੀ ਸਾਡਾ ਰਿਸ਼ਤੇਦਾਰ ਸੀ ਇੱਥੋਂ ਡਮਾਣਿਆਂ ਤੋਂ, ਉਹ ਲੈ ਕੇ ਮੇਰੇ ਘਰ ਇਹਨੂੰ ਆਇਆ, ਜਿਹਦੇ ਨਾਲ ਮੈਂ ਉਹਨੂੰ ਇੱਥੋਂ ਤੱਕ ਵੀ ਮੈਂ ਜਿਹੜਾ ਸਾਡਾ ਰਿਸ਼ਤੇਦਾਰ ਬੰਦਾ ਉਹਨੂੰ ਮੈਂ ਇਹ ਗੱਲ ਕਹੀ ਆ ਵੀ ਮੈਂ ਇਹਨੂੰ ਨਹੀਂ ਜਾਣਦਾ, ਮੈਂ ਤੈਨੂੰ ਪੈਸੇ ਦੇਣੇ ਆ ਅਤੇ ਵੀ ਤੁਸੀਂ ਜ਼ਿੰਮੇਵਾਰ ਆ ਮੇਰੇ ਪੈਸਿਆਂ ਦੇ, ਜੇ 19-21 ਜਾਂ ਕੁਛ ਵੀ ਹੋ ਜਾਵੇ ਤਾਂ ਮੈਂ ਤੂੰ ਮੇਰੇ ਪੈਸੇ ਦੇਣਦਾ ਰਿਹਾ। ਉਹ ਇਸ ਗੱਲ ਨਾਲ ਸਹਿਮਤ ਆ, ਹਜੇ ਤੱਕ ਵੀ ਉਹ ਮੰਨਦਾ ਵਾ ਵੀ ਮੈਂ ਜ਼ਿੰਮੇਵਾਰ ਆ ਪੈਸਿਆਂ ਦਾ ਤੇਰਿਆਂ ਦਾ। ਹੁਣ ਕਰਜ਼ਾ ਵੀ ਲਾਉਣਾ, ਕੁੜੀਆਂ ਵੀ ਵਿਆਹਣੀਆਂ? ਹਾਂਜੀ ਕਰਜ਼ਾ ਵੀ ਲਾਉਣਾ, ਕੁੜੀਆਂ ਵੀ ਵਿਆਹਣੀਆਂ ਜੀ। ਅਤੇ ਇਹਦਾ ਹੁਣ ਕੀ ਨੂੰ ਫਿਰ ਦੁਬਾਰਾ ਭੇਜੂਗੇ ਬਾਹਰ? ਦੇਖੋ ਜੀ ਹੁਣ ਮਾੜਾ ਮੋਟਾ ਮੁਲਕ ਘੱਲਾਂਗੇ, ਡਬਈ ਡਬੀ ਜੀ, ਹੋਰ ਤਾਂ ਇੰਨੀ ਸਾਡੇ ਕੋਲ ਪਾਵਰ ਹੈ ਨਹੀਂ, ਮੇਰੇ ਕੋਲ ਕਮਰਾ ਇੱਕ ਆ, ਕੋਈ ਬਾਥਰੂਮ ਕੋਈ ਕੁਛ ਨਹੀਂ ਘਰ ਦੇ ਵਿੱਚ, ਇੱਕ ਆ ਗਲ ਤਿੰਨਾਂ ਗਾਲਡਰਾਂ 'ਤੇ ਆ ਕਮਰਾ ਜੀ, ਇੱਕ ਮੇਰੇ ਕੋਲ ਥਾਂ ਹੈਗਾ 2-2.5 ਮਰਲੇ ਜੇ ਜਿਹਦੇ ਵਿੱਚ ਮੈਂ ਰਹਿਣ ਡਿਆ ਜੀ। ਬੜੇ ਦੁੱਖ ਦੀ ਗੱਲ ਆ ਕਿ ਅੱਗੇ ਵੀ ਕਈ ਵਾਰੀ ਆਪ ਸੰਗਤਾਂ ਦੇ ਸਾਹਮਣੇ ਹੋਣ ਦਾ ਸਮਾਂ ਮਿਲਿਆ ਕਿ ਜਿਹੜੇ ਸਾਡੇ ਨੌਜਵਾਨ ਆ, ਸਾਡਾ ਬ੍ਰੇਨ ਡਰੇਨ ਹੋ ਰਿਹਾ, ਬਾਹਰ ਨੂੰ ਜਾ ਰਿਹਾ, ਅਤੇ ਉਹ ਇਸ ਤਰੀਕੇ ਨਾਲ ਡਰੇਨ ਹੋ ਰਿਹਾ ਕਿ ਜਿਹਦੇ ਨਾਲ ਬਹੁਤ ਵੱਡੀ ਜਿਹੜੀ ਹੈਗੀ ਆ ਲੁੱਟ ਖਸੁੱਟ ਹੋ ਰਹੀ ਆ। ਸੋ ਇਹ ਜਿਹੜਾ ਹੈ ਸਾਡੇ ਨੌਜਵਾਨ ਇੱਥੇ ਕੋਈ ਵੀ ਜਿਹੜਾ ਹੈਗਾ ਕੰਮ ਵੱਲ ਹੁਣ ਰੁਚੀ ਨਹੀਂ ਰਹਿ ਗਈ, ਹਰ ਇੱਕ ਦੀ ਸੋਚ ਆ ਕਿ ਅਸੀਂ ਬਾਹਰ ਚਲ ਜਾਈਏ, ਬਾਹਰ ਕਿੰਨੇ ਕੁ ਜਾਂਦੇ ਆ ਅਤੇ ਕਿੰਨੇ ਕੁ ਉਹਦੇ ਵਿੱਚ ਸਕਸੈਸਫੁੱਲ ਹੁੰਦੇ ਆ, ਸੋ ਉਹਨਾਂ ਦੀ ਗੱਲ ਘੱਟ ਹੁੰਦੀ ਆ। ਜਿਹੜੇ ਪਰ ਰਾਹ ਵਿੱਚ ਫਸ ਜਾਂਦੇ ਆ, ਜਿਹੜੇ ਹੈ ਆਪਣੇ ਕਈ ਜੀਵਨ ਤੋਂ ਵੀ ਹੱਥ ਧੋ ਲੈਂਦੇ ਆ, ਅਤੇ ਇੱਕ ਪੈਸੇ ਦੀ ਚਮਕ ਦਮਕ ਕਰਕੇ ਅਸੀਂ ਮਾਂ ਬਾਪ ਵੀ ਆਪਣੇ ਨੌਜਵਾਨ ਬੱਚਿਆਂ ਨੂੰ ਜਿਹੜਾ ਹੈ ਕਈ ਵਾਰੀ ਇਹੋ ਜਿਹੇ ਜਲਾਦਾਂ ਦੇ ਹੱਥ ਫੜਾ ਦਿੰਦੇ ਆ, ਘਰ ਵੀ ਲੁਟਾ ਦਿੰਦੇ ਆ, ਅਤੇ ਮਗਰੋਂ ਜਿਹੜੇ ਹੈਗੇ ਆ ਬੱਚੇ ਵੀ ਬਾਹਰ ਜਾ ਕੇ ਫਸ ਜਾਂਦੇ ਆ ਜਿੱਥੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ। ਸੋ ਇਹੋ ਜਿਹੀ ਘਟਨਾ ਹੈ। ਸਾਡੇ ਕੋਲ 3 ਪਰਿਵਾਰ ਆਏ ਸੀ 19 ਮਾਰਚ ਨੂੰ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਮੋਰੋਕੋ ਦੇ ਵਿੱਚ ਫਸੇ ਹੋਏ ਆ, ਅਤੇ ਉਹਨਾਂ ਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ, ਅਤੇ ਇੱਕ ਜਿਹੜਾ ਬੱਚਾ ਸੀ ਉਹ ਸਾਡੇ ਨਜ਼ਦੀਕ ਮਰੀਦਵਾਲ ਤੋਂ ਸੀ। ਸੋ ਉਹ ਬੱਚਾ ਅੱਜ ਇੱਥੇ ਆਇਆ ਵੀ ਹੈ। ਸੋ ਤਕਰੀਬਨ 1 ਸਾਲ ਤੋਂ ਦੇ ਤਕਰੀਬਨ 8-9 ਮਹੀਨੇ ਬਾਅਦ ਉਹ ਬੱਚਾ ਵਾਪਸ ਆਇਆ। ਸੋ ਮਾਂ ਬਾਪ ਨੇ, ਕਿਉਂਕਿ ਇੰਨੀ ਆਰਥਿਕ ਹਾਲਤ ਮਾੜੀ ਹੈ ਕਿ ਲੋਕਾਂ ਕੋਲ ਪੈਸੇ ਫੜ ਕੇ 13 ਲੱਖ ਰੁਪਈਆ ਜਿਹੜਾ ਹੈ ਉਹ ਏਜੰਟ ਨੂੰ ਦਿੱਤਾ, ਅਤੇ ਆਪ ਇੱਥੋਂ ਕਮਾ ਕਮਾ ਕੇ ਬੱਚੇ ਨੂੰ ਉੱਥੇ ਰੋਟੀ ਵਾਸਤੇ ਮਗਰ ਪੈਸੇ ਭੇਜਦਾ ਰਿਹਾ। ਸੋ 3 ਲੜਕੀਆਂ ਦੱਸਦੇ ਆ ਕਿ ਇਹਦੇ ਤੋਂ ਵੱਡੀਆਂ ਹੈ ਬੱਚੇ ਤੋਂ ਜਿਹੜੀਆਂ ਵਿਆਹੁਣ ਵਾਲੀਆਂ, ਘਰ ਦੇ ਵਿੱਚ ਦੱਸ ਰਹੇ ਕਿ ਮੇਰੇ ਟੋਇਲਟ ਬਾਥਰੂਮ ਵੀ ਨਹੀਂ ਬਣਿਆ ਹੋਇਆ, ਪਰ ਜਿਹੜਾ ਹੈ ਉਜਲੇ ਭਵਿੱਖ ਵਾਸਤੇ ਆਪਣੇ ਬੱਚੇ ਵਾਸਤੇ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਕੋਲ ਪੈਸੇ ਇਕੱਠੇ ਕਰਕੇ ਜਿਹੜੇ ਹੈ ਉਹ ਏਜੰਟ ਨੂੰ ਦੇ ਦਿੱਤੇ।
ਤੇ ਬੱਚੇ ਉਧਰ ਬਿਠਾ ਦਿੱਤੇ। ਅੱਜ ਜਿਹੜੇ ਬੱਚੇ ਤਾਂ ਵਾਪਸ ਆ ਗਏ, ਇਹ ਤਿੰਨ ਬੱਚੇ ਉਹ ਆ ਗਏ ਅਸੀਂ ਨਾਲ। ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਬਾਬਾ ਜੀ ਉੱਥੇ ਹੋਰ ਵੀ ਬੱਚੇ ਫਸੇ ਹੋਏ ਆ ਜਿਹਨਾਂ ਦਾ ਜਿਹੜੇ ਹੈ ਵਾਪਸ ਨਹੀਂ ਆ ਰਹੇ। ਸੋ ਅਸੀਂ ਉਹਦੇ ਵਿੱਚ ਰਿਕੁਐਸਟ ਕੀਤੀ ਸੀਗੀ ਕਿ ਤਿੰਨ ਬੱਚੇ ਜਿਹੜੇ ਹੈਗੇ ਆ ਇਹ ਐਡਰੈਸ ਤੋਂ ਇੱਥੋਂ ਇੱਥੋਂ ਗਾਏ ਹੋਏ, ਇਹਨਾਂ ਦੇ ਪਰਿਵਾਰਾਂ ਦਾ ਜੋ ਸਾਡੇ ਕੋਲ ਆਇਆ ਸੀ, ਅਤੇ ਹੋਰ ਵੀ ਜਿਹੜੇ ਹੈਗੇ ਆ ਬੱਚੇ ਇੱਥੇ ਇਹਨਾਂ ਦੇ ਨਾਲ ਫਸੇ ਹੋਏ, ਉਹਨਾਂ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ। ਸੋ ਅਸੀਂ ਧੰਨਵਾਦ ਕਰਦੇ ਹਾਂ ਵਿਦੇਸ਼ ਮੰਤਰਾਲੇ ਦਾ, ਜਿਨ੍ਹਾਂ ਨੇ ਜਿੰਨੇ ਵੀ ਇਹ ਬੱਚੇ ਆਏ ਆ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਵਾਪਸ ਆਏ ਆ। ਸੋ ਅਸੀਂ ਉਹਨਾਂ ਦਾ ਵੀ, ਆਫਿਸਰ ਸਾਹਿਬਾਨਾਂ ਦਾ ਵੀ ਜਿਹੜੇ ਹੈਗੇ ਆ ਬਾਹਰ ਅੰਬੈਸੀ ਦੇ ਵਿੱਚ ਕੰਮ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਬੱਚੇ ਮਾਂ ਬਾਪ ਦੇ ਕੋਲ ਪਹੁੰਚ ਗਿਆ। ਪਰ ਬੜੀ ਦੁੱਖ ਦੀ ਗੱਲ ਆ ਕਿ ਜੋ ਅਸੀਂ ਇਹਨਾਂ ਤੋਂ ਕਹਾਣੀ ਸੁਣੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਜਾਲ ਦੇ ਵਿੱਚ ਫਸਾਇਆ ਜਾਂਦਾ, ਅਤੇ ਰਾਹ ਦੇ ਵਿੱਚ ਜਿਹੜਾ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ, ਪੈਸੇ ਇੱਥੇ ਕੋਈ ਲੈ ਲੈਂਦਾ, ਅੱਗੇ ਗਾਂ ਉਹ ਗਾਂ ਕਿਸੇ ਨੂੰ ਦੇ ਦਿੰਦਾ, ਉਦੋਂ ਗਾਂ ਕਿੰਨੀ ਜਿਹੜੀ ਹੈਗੀ ਆ ਪਸ਼ੂ ਵੀ ਨਹੀਂ ਇੱਦਾਂ ਵਿਕਦੇ ਜਿਸ ਤਰ੍ਹਾਂ ਇਹ ਬੰਦਿਆਂ ਨੂੰ ਜਿਹੜਾ ਹੈਗਾ ਵੇਚਿਆ ਜਾਂਦਾ। ਸੋ ਇਹ ਅਸੀਂ ਉਹਨਾਂ ਮਾਂ ਬਾਪ ਨੂੰ ਬੇਨਤੀ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਜਿਹਨਾਂ ਨੂੰ ਪਾਲ ਪਲੋਸ ਕੇ ਵੱਡੇ ਕੀਤਾ, ਇੱਥੇ ਵੀ ਵਾਹਿਗੁਰੂ ਨੇ ਰੁਜ਼ਗਾਰ ਦੇਣਾ ਜਿਹੜਾ ਹੈ ਇੱਥੇ ਵੀ ਮਿਲ ਸਕਦਾ, ਇੱਥੇ ਵੀ ਅਸੀਂ ਰੋਟੀ ਖਾਂਦੇ ਹਾਂ, ਕੋਈ ਇੱਥੇ ਭੁੱਖਾ ਨਹੀਂ ਮਰਦਾ, ਨਹੀਂ ਤਾਂ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਚੱਲਦੇ ਆ। ਸਾਨੂੰ ਇਸ ਤਰ੍ਹਾਂ ਨਿਰਾਸ਼ਾ ਦੇ ਅਤੇ ਇਹੋ ਜਿਹੇ ਏਜੰਟਾਂ ਦੇ ਹੱਥ ਜਿਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ, ਜਿਹਨਾਂ ਦਾ ਪਤਾ ਕੋਈ ਨਹੀਂ, ਕੋਈ ਰਜਿਸਟਰੇਸ਼ਨ ਨਹੀਂ, ਇਹੋ ਜਿਹੇ ਏਜੰਟਾਂ ਦੇ ਧੜੇ ਚੜ੍ਹ ਕੇ ਕਿ ਤੂੰ ਤੇਰੇ ਮੁੰਡੇ ਨੂੰ ਮੈਂ ਨਿਕਾ ਦਿੰਦਾ, ਗਾਂਹ ਦੀ ਗਾਂ ਰਿਸ਼ਤੇਦਾਰਾਂ 'ਚ ਕਈ ਵਾਰੀ ਇਹੋ ਜਿਹੇ ਅਸੀਂ ਵਿਸ਼ਵਾਸ ਕਰ ਲੈਂਦੇ ਹਾਂ, ਉਹਦੇ ਨਾਲ ਪੈਸਾ ਵੀ ਮਰ ਜਾਂਦਾ ਅਤੇ ਜਿਹੜੇ ਬੱਚਿਆਂ ਦਾ ਭਵਿੱਖ ਉਜਲਾ ਹੋਣ ਦੀ ਬਜਾਏ ਉਹ ਫਸ ਜਾਂਦੇ ਆ। ਸੋ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਮਾਂ ਬਾਪ ਨੂੰ ਕਿ ਬੱਚੇ ਇਹ ਕੁਦਰਤ ਦੀ ਦਾਤ ਆ ਅਤੇ ਇਹਨਾਂ ਨੇ ਜਾਣਾ ਵਾ, ਅਤੇ ਸਹੀ ਤਰੀਕੇ ਨਾਲ ਐਜੂਕੇਸ਼ਨ ਲੈ ਲਓ, ਜਿੱਥੇ ਮਰਜ਼ੀ ਜਿਹੜੇ ਮੁਲਕ 'ਚ ਤੁਸੀਂ ਜਾਣਾ ਚਾਹੋ ਤੁਹਾਨੂੰ ਕੋਈ ਨਹੀਂ ਰੋਕਦਾ। ਇਹੋ ਜਿਹੇ ਅਸੀਂ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਨਹੀਂ ਦੇ ਰਹੇ ਅਤੇ ਬਾਹਰ ਜਦੋਂ ਅਸੀਂ ਪੈਸੇ ਦੇ ਕੇ ਕੱਢ ਰਹੇ ਹਾਂ ਅਤੇ ਉਹਦੇ ਨਾਲ ਉਹ ਇਹੀ ਮਕਸਦ ਆ ਕਿ ਸਾਡੇ ਬਾਹਰ ਬੱਚੇ ਜਾ ਕੇ ਸੈੱਟ ਹੋ ਜਾਣਗੇ, ਉੱਥੇ ਪੈਸਾ ਕਮਾਉਣਗੇ, ਪਰ ਪੈਸਾ ਤਾਂ ਤੁਹਾਡੇ ਕੋਲ ਉਹ ਪਹਿਲਾਂ ਲੈ ਲੈਂਦੇ। ਇਸ ਵਾਸਤੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ ਹੈ ਬੱਚਿਆਂ ਨੂੰ ਜੇ ਭੇਜਣਾ ਚਾਹੁੰਦੇ, ਅਸੀਂ ਨਹੀਂ ਕਿ ਨਹੀਂ ਜਾਵੇ, ਕੋਈ ਹਰ ਮਾਂ ਬਾਪ ਦੀ ਇੱਛਾ ਹੈ, ਪਰ ਉਹ ਲੀਗਲ ਜਿਹੜੇ ਹੈ ਏਜੰਟ ਆ ਉਹਨਾਂ ਦੇ ਥਰੂ ਜਾਵੇ, ਵੀਜ਼ਾ ਲੈ ਕੇ ਜਾਵੇ ਜਾਂ ਵਰਕ ਪਰਮਿਟ ਲੈ ਕੇ ਜਾਵੇ, ਜਿਹਦਾ ਕਿ ਸਰਕਾਰ ਵੀ ਅਤੇ ਜਿਹੜੀ ਹੈਗੀ ਆ ਵਿਦੇਸ਼ ਮੰਤਰਾਲਾ ਵੀ ਅਤੇ ਦੂਸਰੇ ਸਾਰੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਅਸੀਂ ਕੋਈ ਲੀਗਲ ਕੰਟਰੈਕਟ ਕਰਦੇ ਹਾਂ। ਅਤੇ ਜਦੋਂ ਇਹੋ ਜਿਹੇ ਏਜੰਟਾਂ ਦੇ ਥਰੂ ਜਾ ਕੇ ਅਸੀਂ ਫਸ ਜਾਂਦੇ ਹਾਂ, ਫਿਰ ਉੱਥੇ ਕੋਈ ਜਿਹੜੀ ਹੈਗੀ, ਕਿਉਂਕਿ ਅਸੀਂ ਕਸੂਰਵਾਰ ਹੁੰਦੇ ਹਾਂ, ਉੱਥੇ ਕੋਈ ਜ਼ਿਆਦਾ ਜਿਹੜਾ ਹੈ ਜੇਲ੍ਹਾਂ ਦੇ ਵਿੱਚ ਇਸੇ ਕਰਕੇ ਜਾ ਕੇ ਉੱਥੇ ਸਾਡੇ ਬੱਚਿਆਂ ਨੂੰ ਛੱਡਣਾ ਪੈਂਦਾ। ਸੋ ਇਸ ਵਾਸਤੇ ਸਾਡੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਹੈ ਵੱਧ ਤੋਂ ਵੱਧ ਜਿਹੜਾ ਹੈ ਆਪਣੇ ਆਹਾਰ ਇੱਥੇ ਵੀ ਦਿਓ, ਮਿਲ ਸਕਦਾ ਬਹੁਤ ਕੁਛ ਹੋ ਗਿਆ, ਕੋਈ ਇੱਥੇ ਭੁੱਖਾ ਨਹੀਂ ਮਰਦਾ, ਪਰ ਜੇ ਬਾਹਰ ਵੀ ਜਾਣਾ ਤਾਂ ਵਧੀਆ ਏਜੰਟ ਜਿਹੜਾ ਹੈ ਲੀਗਲ ਉਹਦੇ ਰਾਹੀਂ ਜਾਓ। ਇਹ ਸਾਡੀ ਸਾਰਿਆਂ ਨੂੰ ਬੇਨਤੀ ਹੈ। ਇਹ ਜਿਹੜੇ ਬੱਚੇ ਜਿਹੜੇ ਹੈਗੇ ਆ ਇਹਨਾਂ ਨੇ ਜੋ ਇਹਨਾਂ ਦੇ ਨਾਲ ਬੀਤੀ ਹੈ ਬੜੀ ਦਿਲ ਨੂੰ ਹਿਲਾਉਣ ਵਾਲੀ ਹੈ। ਇਹੋ ਜਿਹੇ ਪਤਾ ਨਹੀਂ ਕਿੰਨੇ ਪਰਿਵਾਰ ਆ ਜਿਹੜੇ ਇਸੇ ਤਰ੍ਹਾਂ ਹੀ ਕਰਜ਼ੇ ਹੇਠਾਂ ਡੁੱਬੇ, ਕਿ ਇਸੇ ਤਰ੍ਹਾਂ ਹੀ ਆਪਣੇ ਲੋੜ ਤੋਂ ਵੱਧ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਏਜੰਟਾਂ ਨੂੰ ਦੇ ਦਿੱਤੇ, ਏਜੰਟ ਕੋਈ ਆਵਾਜ਼ ਨਹੀਂ ਗਾਹ ਦਿੰਦਾ, ਕਿਉਂਕਿ ਚੋਰਾਂ ਦੇ ਕੱਪੜੇ ਅਤੇ ਲਾਠੀਆਂ ਦੇ ਗਜ਼ ਜੋ ਉਹਨਾਂ ਹੁੰਦਾ ਕਿ ਉਹ ਗਲਤ ਪਾਸੇ ਆਪਣਾ ਪੈਸਾ ਲਾ ਕੇ
ਅਤੇ ਆਮ ਲੋਕਾਂ ਨੂੰ ਠੱਗ ਲੈਂਦੇ ਇਹਨਾਂ ਠੱਗਾਂ ਤੋਂ ਬਚੋ ਅਤੇ ਜਿਹੜਾ ਹੈ ਜੇ ਜਾਣਾ ਹੀ ਹੈ ਤਾਂ ਲੀਗਲ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ ਹੈ।